कौन है? असी इस इलाके दे नैब नाज़म आ। अन्नी दिया बच्चिया लसंस साडा वजन ते डिया। फिर पुछी जांदे असी कौन आ? फनकार। सर जी बहुत बहुत तुहानू मुबारक वधाई होवे। हां जी वधाई दे दिओ क्योंकि काका होणा लै इत्थे। नगद दे देखो मूंह वेखो लगता सड़क दे उत्ते कोई स्पीड ब्रेकर नहीं है ਬਈ ਕੇਸ ਨੱਕ ਨਾਲ ਤੂੰ ਫੀਨੇ ਆਪਣੇ ਸਹੁਰੇ ਜਾਂਦਾ ਹੋਏਗਾ ਕੇਸ ਨੱਕ ਨਾਲ ਆਪਣੀ ਬੁੱਢੀ ਨੂੰ ਕਹਿੰਦਾ ਹੋਏਗਾ ਮੇਰੇ ਪਿੱਛੇ ਪਿੱਛੇ ਆ ਕੇਸ ਨੱਕ ਨਾਲ ਆਪਣੇ ਸਹੁਰੇ ਚ ਬਹਿ ਕੇ ਕਹਿੰਦਾ ਹੋਏਗਾ ਕਿ ਮੇਰਾ ਬਿਸਤਰਾ ਕਿਉਂ ਨਹੀਂ ਝਾੜਿਆ 5 ਸਾਲ ਹੋ ਗਏ ਇਹਦੇ ਘਰ ਦਾ ਗੱਟਰ ਬੰਦ ਹੈ ਉਹ ਕਿਸਰਾ ਬੋਝ ਨਹੀਂ ਉਹਦੀ ਫਿਰ ਜਾਂਦਾ ਫਜਾਕ ਫਜਾਕ ਸਰ ਵਧਾਈ ਦੇ ਆਪਣੀ ਮਾਂ ਦੀ ਟਿੰਡ ਕਰਦੀ ਮੈਂ ਕੋਈ ਇਹ ਕੀ ਕਹਿੰਦਾ ਖੱਜਣੀ ਸਾਡੀ ਵਾਲਦਾ ਦੇ ਬਾਰੇ ਗੱਲ ਕੀਤੀ ਹੈ ਯਾਨੀ ਕਿ ਮੇਰੀ ਅੰਮੀ ਹਜ਼ੂਰ ਦੀ ਟਿੰਡ ਕਰਾਈ ਉਹਨਾਂ ਨੇ ਤੇ ਤੁਸੀਂ ਰੌਲਾ ਪਾ ਰਹੇ ਸੌਰੀ ਕਲੋਜ਼ ਦਾ ਟੋਨਕ ਓਕੇ ਚਾਂਦ ਰਾਤ ਦਿਨ ਗੱਡੀਆਂ ਫਿਲਮਾਂ ਲੈ ਕੇ ਜਾ ਰਿਹਾ ਹੈ ਹਾਰ ਰੋਡ ਤੋਂ ਰਸੇ ਪੁਲਿਸ ਵਾਲੇ ਫੜ ਲਏ ਉਹਨੇ ਕਿਹਾ ਕੀ ਹੋ ਤੇ ਘਬਰਾ ਕੇ ਕਹਿੰਦੇ ਜੀ ਉਹ ਭਾਜੀ ਆਪਣਾ ਨਾ ਉਹ ਨਾ ਮੇਰੀ ਭੈਣ ਦੇ ਵਿਆਹ ਦੀ ਮੂਵੀ ਹੈ ਉਹਨਾਂ ਲਾਈ ਤੇ ਅੱਗੋਂ ਗੰਦੀ ਫਿਲਮ ਉਹਨਾਂ ਕਿਹਾ ਕੀ ਤੇ ਕਹਿੰਦਾ ਬਾਦ ਤੁਸੀਂ ਨਾ ਤੇਲ ਮਿਹਤੀ ਵਾਲੀ ਲਾਓ ਨਾ ਇਹਦੀ ਭੈਣ ਨੇ ਗਾਣਾ ਗਾਇਆ ਪੂਜਾ ਰੰਗ ਦੇ ਸਾਰਾ ਮਹੱਲਾ ਇਕੱਠਾ ਹੋ ਗਿਆ ਕਿਉਂ ਤੋਤਲੀ ਸੀ ਸਾਡੀ ਭੈਣ ਦੇ ਬਾਰੇ ਕਿਹਾ ਹੈ ਅੱਗੇ ਉਹਦਾ ਰਿਸ਼ਤਾ ਨਹੀਂ ਹੋ ਰਿਹਾ ਤੋਤਲੀ ਏ ਉਹ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਕਿ ਇਹਦੀ ਭੈਣ ਏ ਇਹਦੀ ਭੈਣ ਏ ਕਲੋਜ਼ ਤੱਕ ਮੁਝੇ ਰੰਗ ਦੇ ਕੀ ਬਣਦਾ ਵੇ ਇਹਦਾ ਤੈਨੂੰ ਨਹੀਂ ਪਤਾ ਚਲੋ ਜੀ ਤੂੰ ਵੀ ਨਹੀਂ ਸਮਝਾ ਰਹੀ ਇਹਨੂੰ ਜੀ ਉਹ ਕੌਣ ਹੈ ਇਹ ਮੇਰੀ ਅੰਮੀ ਏ ਇਹਦਾ ਹੁਲੀਆ ਕਿਵੇਂ 7 ਕਤਲ ਕੀਤੇ ਨੇ ਰਿਹਾ ਹੋ ਕੇ ਬਾਹਰ ਆਈਏ ਮੰਨਤ ਹੈ ਕਿ 2 ਸਾਲ ਬਣ ਕੇ ਖੁਸਰਾ ਨੱਚਣਾ ਇਹਨੇ ਅੱਛਾ ਇਹਦੇ ਕਤਲ ਵੀ ਉੱਤੇ ਬਹਿ ਕੇ ਕੀਤੇ ਹੋਣਗੇ ਸੁਪਰ ਸਟਾਰ ਅੱਛਾ ਜੀ ਅਸੀਂ ਨਹੀਂ ਇਹਦੇ ਨਾਲ ਗੱਲ ਕਰ ਸਕਦੇ ਕਿਵੇਂ ਪੀ ਕੇ ਫਿਲਮ ਆਮਰ ਖਾਨ ਦੀ ਵਿੱਚ ਸੁਪਰ ਹਿੱਟ ਰੋਲ ਕੀਤਾ ਹੈ ਮੈਂ ਤਾਂ ਪੂਰੀ ਫਿਲਮ ਵੇਖੀ ਇਹਨੂੰ ਨਹੀਂ ਵੇਖਿਆ ਬਸ ਉਹ ਆਮਰ ਖਾਨ ਦੇ ਅੱਗੋਂ ਟੇਪ ਹੀ ਨਹੀਂ ਪਰੇ ਕੀਤੀ ਇਸ ਤਰ੍ਹਾਂ ਇਹਦੇ ਪਿਓ ਨੇ ਵੀ ਪੀਕੇ ਫਿਲਮ 'ਚ ਕੰਮ ਕੀਤਾ ਉਹ ਕਿੱਥੇ ਉਹ ਜਿੱਥੇ ਕੱਪੜਾ ਨਹੀਂ ਫਸਦਾ ਸਾਡੇ ਅੱਬਾ ਜੀ ਦੇ ਫਸਿਆ ਸੀ ਕੱਪੜਾ ਕਦਲੀ ਰੌਲਾ ਪਾ ਰਹੇ ਹੋ ਕਿ ਹਾਂਜੀ ਫਸਿਆ ਸੀ ਮੈਡੀਕਲ ਸਟੋਰ ਤੇ ਜਾ ਕੇ ਨਾ ਭਾਈ ਨੇ ਮਸਵਾਕ ਦੇ ਦਿਓ ਮੈਂ ਕਹੋ ਮੈਡੀਕਲ ਸਟੋਰ ਇੱਥੇ ਮਸਵਾਕ ਨਹੀਂ ਚੱਲ ਦੌੜ ਜਾ ਅਗਲੇ ਦਿਨ ਫਿਰ ਚਲੇ ਗਿਆ ਭਾਈ ਨੇ ਮਸਵਾਕ ਦੇ ਦਿਓ ਉਹ ਕਹਿੰਦਾ ਉਹ ਜੇ ਤੂੰ ਕੱਲ੍ਹ ਤੋਂ ਆਇਆ ਤੈਨੂੰ ਮੈਂ ਗੋਲੀ ਮਾਰ ਦੇਣੀ ਅਗਲੇ ਜਾ ਕੇ ਤਾਂ ਭਾਈ ਪਿਸਤੌਲ ਹੈ ਉਹ ਕਹਿੰਦੇ ਨਹੀਂ ਫਿਰ ਇੱਕ ਮਸਵਾਕ ਦੇ ਦਿਓ ਡਾਕਟਰ ਨੂੰ ਜਾ ਕੇ ਕਹਿੰਦਾ ਮੇਰੀ ਅੰਮੀ ਨਹੀਂ ਠੀਕ ਕਹਿੰਦਾ ਮੈਂ 2 ਸਾਲ ਤੇ ਹੋਏ ਤੇ ਤੈਨੂੰ ਕਹਿਣ ਡਿਆ ਸਾਡੀ ਵਾਲਦਾ ਨੇ ਕਿਹਾ ਨਹੀਂ ਠੀਕ ਜੇ ਨਹੀਂ ਠੀਕ ਤੇ ਤੂੰ ਕਿਉਂ ਕੰਜਰਾ ਲੋਕਾਂ ਨੂੰ ਦੱਸਣ ਹਾਂ ਨਹੀਂ ਠੀਕ ਨਹੀਂ ਠੀਕ ਨਹੀਂ ਠੀਕ ਚਲੋ ਉਸ ਦਾ ਢੋਲ ਪੁਸਤਾਰ ਯਾਰ ਦੁਆ ਕਰੇ ਪੇਮੈਂਟ ਫਸੀ ਉਹ ਨਿਕਲ ਆਇਆ ਸਰ ਜੀ ਹਾਂਜੀ ਵਧਾਈ ਦੇ ਦਿਓ ਵਧਾਈ ਸਿਰ ਤੇ ਸ਼ਾਪਰ ਬੈਗ ਪਾ ਕੇ ਨਾ ਰਿਹਾ ਮੈਂ ਕਿਹਾ ਫਿਨੀ ਹੈ ਕਿਉਂ ਕਹਿੰਦਾ ਅਕਲ ਤੇ ਪਾਣੀ ਨਾ ਨਾ ਪੈ ਜਾਏ ਸੜਕ ਤੇ ਖੋਤਾ ਦੋਵੇਂ ਲੱਤਾਂ
ਖਾਤਾ ਖੋਲ ਕੇ ਆਪਣਾ ਕੰਮ ਕਰ ਉਹਨੂੰ ਕਹਿੰਦਾ ਉਹ ਪੈਰ ਨਾਲ ਜੋੜ ਲੈ ਤੇਰੇ ਕਿਹੜੇ ਬੂਟ ਭੇਜਣ ਲੱਗੇ ਆ ਸੋਚ ਵੱਡੀ ਰੱਖੋ ਲੱਖਾਂ ਰੁਪਈਆਂ ਦੀ ਸੋਚ ਰੱਖੋ 10 ਲੱਖ ਰੁਪਈਏ ਦਾ ਸੋਚ 5-5 ਹਜ਼ਾਰ ਦੇ ਨੋਟਾਂ ਦੀਆਂ ਦੋ ਗੱਡੀਆਂ 5 ਹਜ਼ਾਰ ਕਿਉਂ ਕਿਉਂਕਿ ਸਾਨੂੰ ਪਹਿਲੇ ਇੱਕ ਵਾਰੀ ਫੰਕਸ਼ਨ ਤੋਂ 5 ਹਜ਼ਾਰ ਮਿਲਿਆ ਸੀ ਸਾਡੀ ਮਾੜੀ ਕਿਸਮਤ ਸੀ ਰਕਸ਼ੇ 'ਚ ਪੈ ਗਏ ਉਹ 200 ਰਕਸ਼ੀਆਂ ਲੈਣਾ ਬਣਿਆ ਉਹਦੇ ਕੋਲ ਪਾਨ ਨਹੀਂ ਸਾਰਾ ਦਿਨ ਪਾਨ ਲੱਭਦੇ ਰਹੇ ਸ਼ਾਮ ਨੂੰ 4800 ਰਕਸ਼ੇ ਦਾ ਬਣ ਗਿਆ 200 ਨੇ ਸੰਦ ਤੋਂ ਆਪਣੇ ਘਰ ਗਿਆ ਚਲੋ ਚਲੋ 1000 ਦਾ ਨੋਟ ਦੇ 100-100 ਨੇ ਦੇ ਦਿਓ ਸਾਡੇ ਕੋਲ ਬਹੁਤ ਥੋਕੇ ਸਾਰੀ ਰਾਤ ਗਿਣਦੇ ਰਹਾਂ ਗਏ ਫੰਕਸ਼ਨ ਕਿਹੜੀ ਜਗ੍ਹਾ ਤੇ ਫੰਕਸ਼ਨ ਨਹੀਂ ਹੈਗਾ ਬਹੁਤ ਮਾੜਾ ਜਿਹਾ ਬੰਦਾ 302 ਲੱਗਦੀ ਨੀ 150 ਲੱਗਦੀ ਨਹੀਂ ਤੇ ਜੇ ਬੰਦਾ ਮਾਰਾਂਗੇ ਤੇ ਥਾਣਾ ਪੁਲਿਸ ਕਚਹਿਰੀ ਮੇਰੀ ਜ਼ਿੰਮੇਵਾਰੀ ਤੁਹਾਡੇ ਕੋਲ ਨਹੀਂ ਆਏਗਾ ਡਨ ਕਰਦੇ ਹਾਂ ਸਾਨੂੰ ਪੁਲਿਸ ਨਹੀਂ ਪੁੱਛੇਗੀ ਨਹੀਂ ਤੈਨੂੰ ਤੁਸੀਂ ਛੁਰੀ ਪਿਸਤੌਲ ਨੇ ਮੈਂ ਦਾਤਾ ਸਾਹਿਬ ਜਾ ਕੇ ਝੋਲੀ ਚੁੱਕਣੀ ਅੱਲਾਹ ਦੇ ਹੁਕਮ ਨਾਲ ਫੁੜ ਕੇ ਜਾਣਾ ਉਹਨੇ ਨਹੀਂ ਨਹੀਂ ਭਾਈ ਜੀ ਉਹ ਟੈਕਨੀਕਲ ਤਰੀਕੇ ਨਾਲ ਨਹੀਂ ਮਾਰਨਾ ਸਿੱਧਾ ਮਾਰਨਾ ਸੀ ਛੁਰੀ ਦਾਂਗੇ ਜੀ ਠੀਕ ਹੈ ਛੁਰੀ ਦਿਆਂਗੇ ਓਕੇ ਛੁਰੀ ਫਿਰ ਜ਼ਿਆਦਾ ਠੰਡੀ ਦਾ ਹੋਵੇ ਨਹੀਂ ਜੋ ਆਗਾਂ ਛੁਰੀ ਦਿਆਂਗੇ ਹਾਂ ਕਿਉਂਕਿ ਮੈਂ ਫੜਨੀ ਨਹੀਂ ਫਾਇਦਾ ਐਂ ਤੁਹਾਡੇ ਕੋਲੋਂ ਬੰਦਾ ਲੰਘੇਗਾ ਠੀਕ ਹੈ ਜੀ ਤੁਸੀਂ ਪਿੱਛੇ ਸਾਈਡ ਤੇ ਬੱਕੇ ਇਸ ਗੱਲ ਦੀ ਛੱਡ ਮੈਂ ਭਾਵੇਂ ਸਾਈਡ ਤੇ ਮਾਰਾਂ ਭਾਵੇਂ ਥੱਲੇ ਮਾਰਾਂ ਭਾਵੇਂ ਉੱਤੇ ਮਾਰਾਂ ਤੇ ਥੱਲੇ ਨਹੀਂ ਮਾਰਾਂ ਬੰਦਾ ਤੁਹਾਨੂੰ ਮਰਿਆ ਚਾਹੀਦਾ ਓਕੇ ਜੇ ਲਿਆਓ ਬੋਲੋ ਲਿਆਓ ਜੀ ਲਿਆਓ 10 ਲੱਖ ਰੁਪਏ ਤੁਸੀਂ ਗਿਰੋ ਮੈਂ ਕਿ ਹਥਿਆਰ ਲਿਆ ਓਏ ਲਿਆ ਰਿਆ ਹਥਿਆਰ ਲਿਆਓ ਜੀ ਇਹ ਤੁਸੀਂ ਮਾਰਦੀ ਉਹਨੂੰ ਛੁਰੀ ਛੋਰਾ ਤੇ ਤੂੰ ਮੈਨੂੰ ਇੰਜ ਫੜਾਇਆ ਜਿਵੇਂ ਅੰਦਰੋਂ ਊਠਾ ਉਂਡਿਆ ਹੈ ਚਵਲ ਜਿਹਾ ਬੱਚਿਆ ਜੀ ਇਹਨੂੰ ਮਾਰਨਾ ਤੇ ਉਹ ਨਾਈ ਕੋ ਨੇਰਨਾ ਨੀ ਹੁੰਦਾ ਜਿਹਦੇ ਨਾਲ ਖੂਨ ਘਟਦਾ ਹੈ ਉਹ ਲਿਆ ਐ ਫੇਰ ਦਿਆ ਦਾ ਇਹ ਤੇ ਬਹੁਤ ਭਾਈ ਜੀ ਇਹ ਸਰਜਨ ਸਾਹਿਬ ਨੇ ਸਰਜਨ ਸਪੈਸ਼ਲਿਸਟ ਹਾਂ ਬੈੜੀ ਇਹਨਾਂ ਨੂੰ ਮਾਰਨਾ ਅੱਛਾ ਉਹ ਜੀ ਸ਼ਕਲ ਮੇਰੇ ਨਾਨੇ ਨਾਲ ਮਿਲਦੀ ਉਹ ਜਦ ਦੇ ਅੰਮੀ ਦੌੜ ਵੀ ਤੇ ਗਈ ਸੀ ਨਾ ਉਹ ਬੜਾ ਮਸਕੀਨ ਜਿਹਾ ਯਾਰ ਉਹ 10 ਲੱਖ ਇਹ ਚੇਂਜ ਕਰ ਲੋ ਬਾ ਬੜਾ ਵੱਡਾ ਸਰਜਨ ਹੈਗਾ ਹਾਂ ਤਾਕਤਵਰ ਮਾਰ ਕੇ ਤੁਸੀਂ ਇਹ ਇਹ ਡਾਕਟਰ ਸਰਜਨ 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 ਮੈਂ ਨਹੀਂ ਆਪਰੇਸ਼ਨ ਕਰਾਉਣਾ ਮੈਂ ਨਹੀਂ ਇਹਦੇ ਕੋਲ ਆਪਰੇਸ਼ਨ ਕਰਾਉਣਾ ਮੈਨੂੰ ਇਹ ਬੜਾ ਸਿਆਣਾ ਬੰਦਾ ਇਹਨੇ ਆਰਾਮ ਨਾਲ ਆਪਰੇਸ਼ਨ ਕਰਕੇ ਤੁਹਾਨੂੰ ਸਹੀ ਕਰ ਦੇਣਾ ਆਰਾਮ ਨਾਲ ਕੀ ਰੋਟੀ ਖਾਣੀ ਤੂੰ ਲੱਗਦਾ
ਬੰਦਾ ਨਹੀਂ